questão das minas é.
ਨੀ ਬਹਾਨਾ ਲਾ ਕੇ ਸੈਰ ਦਾ ਮੈਂ ਤਾਂ ਹੁਣ ਵੀ ਪੂਰਾ ਤੇਰਾ ਪਰ ਕੋਰੀ ਦੀ ਪੂਰੀ ਬਦਲੇ ਪਰ ਕੋਰੀ ਦੀ ਗੁਰਜ ਦੀ ਜੋ ਪਰਫੋਰਮੈਂਸ ਸੀ, ਚੱਲਦੀ ਪਰਫੋਰਮੈਂਸ ਡਿਸਟਰਬ ਹੋਈ ਆ। ਜੋ ਪਰਫੋਰਮਰ ਆ ਉਹਨਾਂ ਦਾ ਮੈਂਟਲ ਲੈਵਲ ਹੋਰ ਹੁੰਦਾ ਆ, ਪਰਫੋਰਮ ਵੀ ਕੀਤਾ ਹੋਇਆ, ਸਾਹ ਵੀ ਚੜਿਆ ਆ ਉਹਨਾਂ ਨੂੰ, ਉਹ ਥੋੜ੍ਹਾ ਕਾਮ ਡਾਊਨ ਹੋਣਗੇ, ਅਸੀਂ ਅਗਲੀ ਪਰਫੋਰਮੈਂਸ ਕਰਵਾਵਾਂਗੇ, ਉਸ ਤੋਂ ਬਾਅਦ ਫਿਰ ਡਿਪਾਰਟਮੈਂਟ ਆਫ ਸਾਈਕੋਲੋਜੀ ਪਰਫੋਰਮ ਕਰੇਗਾ। ਵੈਸੇ ਖਾਸ ਹੈ ਪੀਰ ਲਈ ਆ ਕਿ ਅੱਖਾਂ ਦੇ ਵਿੱਚ ਸਵਰਗ ਹੁੰਦਾ ਅਤੇ ਅੱਖਾਂ ਦੇ ਵਿੱਚ ਨਰਕ ਹੁੰਦਾ। ਅੱਖਾਂ ਦੇ ਵਿੱਚ ਸਵਰਗ ਹੁੰਦਾ ਅਤੇ ਅੱਖਾਂ ਦੇ ਵਿੱਚ ਨਰਕ ਹੁੰਦਾ। ਅੱਖਾਂ 'ਚ ਬੇੜਾ ਪਾਰ ਹੁੰਦਾ ਹੈ ਅਤੇ ਹਰਪ੍ਰੀਤ ਸਿੰਘ ਅੱਖਾਂ 'ਚ ਬੇੜਾ ਗਰਕ ਹੁੰਦਾ। ਇਹਨਾਂ ਅੱਖਾਂ ਨੇ ਹਰਪ੍ਰੀਤ ਵੀਰ ਦਾ ਬੇੜਾ ਗਰਕ ਕੀਤਾ ਹੈ, ਇਹਨਾਂ ਸਿੰਗਲ ਘੁੰਮ ਰਹੇ ਨੇ। ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੋਣਾ, ਫਾਊਂਡੇਸ਼ਨ ਲਾ ਕੇ ਘੁੰਮੀ ਭਾਵੇਂ ਫਿਰ ਲੱਭਣੀ ਲਾ ਕੇ ਘੁੰਮੀ, ਸਾਡਾ ਸਕੋਰ ਪੂਰਾ। ਹੁਣ ਮੋਮੋਜ਼ ਬਾਜ਼ਾਰ 'ਚ ਚੱਲਦੇ ਆ, ਇਹ ਉਸ ਵੇਲਿਆਂ ਦੀ ਗੱਲ ਆ ਜਦੋਂ ਗੁਲਜ਼ਾਰ ਬਚਪਨ 'ਚ ਸੀ, ਜਦੋਂ ਰੁਪਈਏ ਦੇ ਦੋ ਗੋਲ ਗੱਪੇ ਮਿਲਦੇ ਹੁੰਦੇ ਸੀ। ਕਿ ਮੇਰੀ ਉਹਦੇ ਨਾਲ ਲੜਾਈ ਹੋਈ ਹੈ ਤਾਂ ਹੀ ਉਹਨੇ ਨੱਕ ਚੜ੍ਹਾਈ ਹੋਈ ਹੈ, ਕਿ ਮੇਰੀ ਕੁੜੀ ਉਹ ਤੁਸੀਂ ਕਹਿੰਦੀ ਆ ਨਾ ਬਈਆ ਹੋਰ ਦਿਖਾ, ਇਹ ਉਸ ਗੱਲ 'ਤੇ ਆ। ਕਿ ਮੇਰੀ ਉਹਦੇ ਨਾਲ ਲੜਾਈ ਹੋਈ ਹੈ ਤਾਂ ਹੀ ਉਹਨੇ ਨੱਕ ਚੜ੍ਹਾਈ ਹੋਈ ਹੈ, ਕਿ ਮੇਰੀ ਉਹਦੇ ਨਾਲ ਲੜਾਈ ਹੋਈ ਹੈ ਤਾਂ ਹੀ ਉਹਨੇ ਨੱਕ ਚੜ੍ਹਾਈ ਹੋਈ ਹੈ। ਗੋਲ ਗੱਪਿਆਂ ਪਿੱਛੇ ਗੁੱਸਾ ਭੁੱਲ ਜਾਂਦੀ, ਮੈਂ ਪਹਿਲਾਂ ਵੀ ਕਈ ਵਾਰ ਮਨਾਈ ਹੋਈ ਹੈ।
ਕਹਿੰਦੇ ਵੀ ਮੁੰਡੇ ਉਹ ਅੱਜ ਲਾਸਟ ਡੇ ਆ ਆਪਣੇ ਜਸ਼ਨ ਦਾ, ਭੀੜ ਤੁਸੀਂ ਵੇਖ ਸਕਦੇ ਜੇ ਉਹ ਤੁਹਾਡਾ ਭਲਾ ਜੇ, ਉਹ ਤੁਹਾਡਾ ਭਲਾ ਜੇ, ਮਾਰੋ ਮਾਰ ਪਈ ਹੋਈ ਹੈ ਇਹ ਕਿੱਧਰ ਜਾਵਾਂਗੇ ਇਹ ਜਿੱਦਾਂ ਕਿੱਦਾਂ ਕਿ ਗੋਡਿਆ ਗੋਡਿਆ ਸਾਰਾ ਕੁਝ ਹੈ ਰੂਬਰੂ ਦੋਸਤੋ ਹੋ ਰਿਹਾ ਉਹ ਹੈ ਡਿਪਾਰਟਮੈਂਟ ਆਫ ਸਾਈਕੋਲੋਜੀ ਦਾ ਪਰਫੋਰਮਰ ਕੀ ਸ਼ੁਭ ਨਾਮ ਕੀ ਹੈ ਤੁਹਾਡਾ ਮੈਂ ਇਧਰੋਂ ਗੁਲਜ਼ਾਰ ਮੈਂ ਇਧਰੋਂ ਨਾਮ ਪੁੱਛੂਗਾ ਸਤੁਤੀ ਡਿਪਾਰਟਮੈਂਟ ਆਫ ਸਾਈਕੋਲੋਜੀ ਤੋਂ ਪਰਫੋਰਮ ਕਰਨਗੇ ਤੁਹਾਡੇ ਸਾਹਮਣੇ ਪਿਛਲੇ ਦੇਖੋ ਕੁੜੀ ਸੋਹਣੀ ਕੁੜੀ ਦੇਖ ਕੇ ਕਿੱਦਾਂ ਸਟੇਜ ਖੜੇ ਹੋਣ ਦੇ ਗੁਰਸਿੰਘ ਦਾ ਤੇ ਗੁਲਜ਼ਾਰ ਕਿਸ ਸਾਈਡ ਆ ਤੂੰ ਇੱਧਰ ਦੱਸਿਓ ਨਾ ਸੋਬਤ ਪ੍ਰੀਤ ਕੌਰ ਹਾਂ ਸੋਬਤ UPS ਤੋਂ ਆ ਇਹ ਕਿੱਦਾਂ ਦੀ ਰਾਣੀ ਹੈ ਜੀ ਕੁੜੀ ਸਾਡੀ ਪਹਿਲੇ ਲਈ ਤਾੜੀਆਂ ਮਾਰੋ
ਹਾਲਾਂਕਿ ਉਹ ਮਦਰ ਹੀ ਕੱਢਦੀ ਹੈ ਅਤੇ ਉਹ ਪਿੱਛੇ ਸਾਰਾ ਕੁਝ ਥੱਲੇ ਆ ਅਤੇ ਉਹ ਦਿਖਾਈ ਨਹੀਂ ਦੇ ਰਹੀ, ਜਦੋਂ ਸਟੇਜ 'ਤੇ ਆਏਗੀ ਤੁਹਾਨੂੰ ਪਤਾ ਲੱਗ ਜਾਏਗਾ। ਸੋਬਤ ਟਰੈਕ ਨੰਬਰ ਕੀ ਹੈ ਜੀ? ਸਾਡੇ ਕੋਲ 17 ਨੰਬਰ ਹੋ ਗਿਆ, 1 ਤੋਂ 20 ਤੱਕ ਬਚੇ ਆ। ਟਰੈਕ ਨੰਬਰ 11 ਸਰ, ਸਟੂਡੀ ਦੋਸਤੋ ਪਰਫੋਰਮ ਕਰੇਗੀ ਡਿਪਾਰਟਮੈਂਟ ਆਫ ਸਾਈਕੋਲੋਜੀ ਦੇ ਸਟੂਡੈਂਟ, ਟਰੈਕ ਨੰਬਰ 11।
ਦਲਜੀਤ ਹੋਣ ਲੱਗਾ ਸਟੇਜ ਨੂੰ ਜੋ ਪਿਛਲੀ ਨਾਈਟ ਆ ਉਹ ਅਜੇ ਬੰਦ ਨਹੀਂ ਹੋਈ ਓਏ ਤੇ ਮਜ਼ਾਕ ਹੀ ਕਰੀ ਜਾਂਦੇ ਕੀ ਕਹਿੰਦਾ ਇਹਦਾ ਵੀਡੀਓ ਕਾਲ ਕਰਨ ਲੱਗਾ ਬੁਲਾਇਆ ਹੀ ਨਹੀਂ ਨਾਲੇ ਧਰਤੀ ਤੋਂ ਲਈ ਇਜਾਜ਼ਤ ਸੁਪਨੇ ਰਲਾਉਣ ਲੱਗਣੇ ਆਡੀਅੰਸ ਦੀ ਸੈਂਟਰ ਲਾਈਟ ਆਫ ਜੀ ਆਡੀਅੰਸ ਲਾਈਟ ਆਨ ਕਰ ਦਿਓ ਜੀ ਆਡੀਅੰਸ ਲਾਈਟ ਆਨ ਕਰ ਦਿਓ ਦੋਸਤੋ ਲਾਈਟ ਆਨ ਕਰ ਦਿਓ ਜੀ ਆਡੀਅੰਸ ਲਾਈਟ ਸਾਰੀ ਆਨ ਕਰ ਦਿਓ ਨਹੀਂ ਨਹੀਂ ਜਿੰਨਾ ਦਾ ਨਹੀਂ ਵੈਸੇ ਤੁਹਾਡਾ ਸੁਣਨ ਦਾ ਮਨ ਨਹੀਂ ਸੀ ਜੋ ਸਟੇਜ 'ਤੇ ਆ ਸਾਡੇ ਸਾਰੇ ਦੋਸਤ ਪਰੇ ਹੋ ਜਾਣ ਇਹ ਸਾਡੇ ਲਈ ਆਇਆ ਇਹਨਾਂ ਨੇ ਖੁੱਲ੍ਹਾ ਸਮਾਂ ਸਾਡੇ ਕੋਲ ਹੈ ਜ਼ੋਰਦਾਰ ਸਤਿਕਾਰ ਪੰਜਾਬੀਆਂ ਦਾ ਮਾਣ ਅਤੇ ਨਾਲ ਮੈਡਮ ਨੀਰੂ ਬਾਜਵਾ ਅਤੇ ਨਾਲ ਪੰਜਾਬੀ ਰੰਗਮੰਚ ਦੀ ਭਾਰਤੀ ਰੰਗਮੰਚ ਦੀ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਹਸਤੀ ਜਿਨ੍ਹਾਂ ਨੇ 30 ਸਾਲ ਬਾਅਦ ਕਿਸੇ ਫਿਲਮ 'ਚ ਕੰਮ ਕੀਤਾ ਸ਼੍ਰੀ ਕੇਵਲ ਧਾਲੀਵਾਲ ਜੀ ਸ਼੍ਰੋਮਣੀ ਨਾਟਕਕਾਰ ਮੈਂ ਜ਼ਿਆਦਾ ਸਮਾਂ ਨਹੀਂ ਲਊਂ ਸਾਰੀਆਂ ਇਹਨਾਂ ਨੇ ਆਉਟ ਫਰਮਾਇਸ਼ਾਂ ਕੀਤੀਆਂ ਤਾਂ ਕਿ ਜਿਹੜੀਆਂ ਓਬੀਅਸ ਆ ਉਹ ਮੈਂ ਗਾਵਾਂ ਹੀ ਗਾਵਾਂ ਇਹ ਐਕਸਟਰਾ ਕਾਰ ਥੈਂਕ ਯੂ ਕੇਵਲ ਸਰ ਥੈਂਕ ਯੂ ਕੈਂਪਸ ਥੈਂਕ ਯੂ ਸਟੂਡੈਂਟਸ ਯੂਨੀਵਰਸਿਟੀ ਕੈਂਪਸਿਸ ਮੈਨੂੰ ਆਲਵੇਜ਼ ਸਭ ਤੋਂ ਜ਼ਿਆਦਾ ਅਜ਼ੀਜ਼ ਨੇ ਅਸੀਂ ਇੱਕ ਵਾਰੀ ਇੱਥੇ ਪਰਫੋਰਮ ਵੀ ਕਰ ਚੁੱਕੇ ਹਾਂ ਸ਼ਾਇਦ ਤੁਸੀਂ ਉਦੋਂ ਸੀਗੇ ਜਾਂ ਨਹੀਂ ਸੀਗੇ ਉਹਨਾਂ ਨੂੰ
ਅੱਛਾ ਕਹਿੰਦੇ ਕਿ ਕਈਆਂ ਨੇ ਯੂਨੀਵਰਸਿਟੀ ਛੱਡ ਕੇ ਚਲੇ ਜਾਣਾ, ਪਤਾ ਨਹੀਂ ਕਿਤੇ ਪੜ੍ਹਨ ਜਾਣਾ ਜਾਂ ਕਿਤੇ ਪੜ੍ਹਾਉਣ ਜਾਣਾ। ਉਹਨਾਂ ਲਈ ਮੈਂ ਗਾ ਰਿਹਾ, ਚਿਹਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ। ਯੂ ਹੈਵ ਟੂ ਕਲੈਪ ਚਿਹਰਾ ਪਿੱਛੋਂ ਜਦੋਂ ਅਹਿਸਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ। ਹਾਲੇ ਵੀ ਕੁਝ ਸੋਚ ਲੈ ਵੇ ਮਹਿਮਾ ਜੇ ਮਨ ਸਮਝਾ ਲਵੇ ਕਿਧਰੇ ਕਿਤੇ ਨੀ ਤੇਰਾ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਨਾਲ ਨਾਲ ਗਾਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਕ ਤਾਂ ਜਾਂਦੀਆਂ ਜੇ ਠੁਮਕ ਲਗਾ ਦਵੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ। ਸਾਨੂੰ ਸਾਡੀ ਗੱਲ ਦਾ ਜਵਾਬ ਦੇ ਜਾਈ ਮਹਿੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈ ਜੀ ਦੀ ਪੱਤੀ ਪੱਤੀ ਕੁਰਬਾਨ ਹੋ ਗਈ ਸਾਨੂੰ ਉਹੀ ਸਹਿਕ ਦਾ ਗੁਲਾਬ ਦੇ ਜਾਈ। ਉਹ ਮਹਿਕਾਂ ਮੁੜ ਆਉਣੀਆਂ ਨੇ ਮਾਲੀਆ ਜੜਾਂ ਨੂੰ ਪਾਣੀ ਪਾਲਵੇ ਕਿਧਰੇ ਕਿਤੇ ਨੀ ਸ਼ਾਨੋ ਸ਼ੌਕ ਤਾਂ ਜਾਂਦੀਆਂ ਜੇ ਨਾਲ ਨਾਲ ਗਾਲਵੇ ਕਿਧਰੇ ਕਿਤੇ ਨੀ ਤੇ ਕਿਤੇ ਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ। ਫੁੱਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਸਾਨੂੰ ਪਿਆਰ ਦੀਆਂ ਚੜੀਆਂ ਖੁਮਾਰੀਆਂ ਉਹ ਮੇਰੇ ਪੈਰ ਨਾ ਮੇਰੇ ਪੈਰ ਨਾ ਜ਼ਮੀਨ ਉੱਤੇ ਲੱਗਦੇ ਆ ਲੱਖਾਂ ਚਸ਼ਮੇ ਮੁਹੱਬਤਾਂ ਦੇ ਵਗਦੇ ਰਾਤੀ ਮਿੱਠੇ ਮਿੱਠੇ ਸੁਪਨੇ ਵੀ ਠੱਕਦੇ ਉਹ ਬੜੀ ਲੰਬੀ ਹੈ ਕਹਾਣੀ ਮੇਰੇ ਪਿਆਰ ਦੀ ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ ਆਵੇ ਸੰਗ ਜਦੋਂ ਸ਼ੀਸ਼ਾ ਮੈਂ ਨਿਹਾਰਦੀ। ਕੁੜੀਓ ਅੱਖ ਲਾਈ ਨਾ ਉਦੋਂ ਦੀ ਕੰਗੀ ਵਾਈ ਨਾ ਹੀ ਦੱਸ ਹੁੰਦੀ ਜਾਂਦੀ ਵੀ ਲੁਕਾਈ ਨਾ ਕਹੀ ਨੈਣਾ ਨੇ ਸਮਝ ਇਹਨੂੰ ਆਈ ਨਾ ਨਾ ਗੱਲ ਮੇਰੇ ਵਸਦੀ ਰਹੀ ਤੂੰ ਕਿਸੇ ਐਸੀਆਂ ਨਿਗਾਹਾਂ ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ਚਾਹੁੰਦੇ ਹੋਏ ਵੀ ਨਾ ਦਿਲ ਰੁਕ ਸਕਿਆ ਗਿਆ ਪੈਰ ਹੈ ਅੰਬਰ ਸਰ ਰੱਖਿਆ ਨਾ ਗੱਲ ਮੇਰੇ ਵਸਦੀ ਰਹੀ। ਨਿਗਾ ਜੇ ਸੁੱਤੇ ਸਵੱਲੀ ਹੋਵੇ ਰੱਬ ਦੀ ਸੱਚੇ ਇਸ਼ਕੇ ਦੀ ਲਾਗ ਉਹਨੂੰ ਲੱਗਦੀ ਗਾਉਂਗੇ ਰੋਮ ਰੋਮ ਚ ਸਤਿੰਦਰ ਰੋਮ ਰੋਮ ਚ ਸਤਿੰਦਰ ਹੈ ਵਸਿਆ ਮੇਰੀ ਆਪਣੀ ਪਰਾਂਦੀ ਮੈਨੂੰ ਦੱਸਿਆ
ਜਦੋਂ ਤੱਕ ਮੈਨੂੰ ਮਿੰਨਾ ਜਿਹਾ ਹੱਸਿਆ ਨਾ ਗੱਲ ਮੇਰੇ ਹੱਸਦੀ ਰਹੀ, ਨਾ ਗੱਲ ਮੇਰੇ ਹੱਸਦੀ ਰਹੀ, ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ। ਇੱਕ ਯਾਦਗਾਰੀ ਤਸਵੀਰ, ਤੁਹਾਡੀ ਘਰ ਦੇ ਫੋਟੋ ਦੇ ਵਿੱਚ ਸੋਹਣੇ ਲੱਗਣੇ ਚਾਹੀਦੇ ਫੋਟੋ ਦੇ ਵਿੱਚ। ਸੱਜਣ ਰਾਜ਼ੀ ਹੋ ਜਾਵੇ ਫਿਰ ਤਾਂ ਉਹ ਸ਼ਾਇਰ ਦੇਖਣ ਜਾਈਦਾ। ਸਾਡੀ ਇੱਕ ਸਟੂਡੈਂਟ ਹੈ ਭਾਜੀ, ਰਿਕੁਐਸਟ ਆ, ਇਹ 3 ਸਾਲ ਸਾਡੀ ਕੁੜੀ ਨੋਨ ਪ੍ਰਕਸ਼ਨ ਚ ਪੋਜੀਸ਼ਨ ਹੋਲਡਰ ਆ ਜੀ, ਗਿਟਾਰ ਦੇ ਵਿੱਚ ਬਹੁਤ ਅੱਛੀ ਗਿਟਾਰਿਸਟ ਆ, ਇਹ ਸਾਈਨ ਕਰਵਾਉਣਾ ਚਾਹੁੰਦੀ ਸੀ ਗਿਟਾਰ ਤੇ।
ਪਰ ਬਹੁਤ ਖੂਬਸੂਰਤ ਯਾਦ ਬਣ ਰਹੀ ਹੈ ਇਸ ਕੜੀ ਵਾਂਸੀ ਵਾਂਸੀ ਲਾਸਟ ਦਿਨ ਜਸ਼ਨ ਦਾ 11 ਤਰੀਕ ਅੱਜ ਦਾ ਦਿਨ ਲਾਸਟ ਸੀ ਅਤੇ ਕਿਵੇਂ ਦਾ ਲੱਗਿਆ ਜਸ਼ਨ ਸਾਨੂੰ ਇੱਕ ਵਾਰੀ ਜ਼ਰੂਰ ਦੱਸਿਓ ਲਾਈਕ ਸ਼ੇਅਰ ਐਂਡ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਅੱਜ ਦੀ ਪਰਫੋਰਮੈਂਸ 'ਚ ਸੀ ਸਾਡੇ ਸਪੈਸ਼ਲ ਗੈਸਟ ਨੀਰੂ ਬਾਜਵਾ ਨੀਰੂ ਬਾਜਵਾ ਚੰਗਾ ਮਤਲਬ ਮਿਲਦੇ ਹਾਂ ਅਗਲੇ ਵਲੋਗ 'ਚ ਸਤਿ ਸ਼੍ਰੀ ਅਕਾਲ